ਜਿਹੜਾ ਪਿਛਲੇ 1 ਸਾਲ ਤੋਂ ਲਗਾਤਾਰ ਸੰਘਰਸ਼ ਚੱਲੀ ਜਾ ਰਿਹਾ ਹੈਗਾ। ਜਿਹੜੀ ਆ ਕਾਰ ਪਾਰਕਿੰਗ ਦੇ ਜਦੋਂ ਦੀ ਆ ਖੁੱਲੀ ਆ ਮਲਟੀ ਲੈਵਲ ਪਾਰਕਿੰਗ, ਉਹਨਾਂ ਨੇ ਜਿਹੜੀਆਂ ਟੋ ਵੈਨਾਂ ਚਲਾਈਆਂ, ਕੁਛ ਬਾਜ਼ਾਰਾਂ ਨੂੰ ਟਾਰਗੇਟ ਕੀਤਾ ਹੈਗਾ, ਉੱਥੇ 1-1 ਦਿਨ ਦੇ ਵਿੱਚ 50-60 ਗੇੜੇ ਮਾਰਦੀਆਂ ਟੋ ਵੈਨਾਂ। ਤਾਂ ਉਸ ਦੇ ਰਿਗਾਰਡਿੰਗ ਹੀ ਜਿਹੜਾ ਦੁਬਾਰਾ ਜਿਹੜਾ ਵਪਾਰੀਆਂ ਵੱਲੋਂ, ਦੁਕਾਨਦਾਰਾਂ ਵੱਲੋਂ ਅੱਜ ਫਿਰ ਜਿਹੜਾ ਉਸ ਬਾਜ਼ਾਰਾਂ ਨੂੰ ਬੰਦ ਕੀਤਾ ਗਿਆ ਜਿੱਥੇ ਟੋ ਵੈਨਾਂ ਚੱਲਦੀਆਂ। ਦੁਬਾਰਾ ਇਹਨਾਂ ਨੇ ਫਿਰ ਦੇਖੋ ਫੈਸਟੀਵਲ ਸੀਜ਼ਨ ਦੇ ਵਿੱਚ ਦੁਬਾਰਾ ਫਿਰ ਇਹਨਾਂ ਨੇ ਇਹ ਆਪਦੀਆਂ ਟੋ ਵੈਨਾਂ ਚਲਾ ਦੀਆਂ, ਆਪਦੀਆਂ ਹੀ ਬਣਾਈਆਂ ਟਰਮ ਐਂਡ ਕੰਡੀਸ਼ਨ ਇਹਨਾਂ ਨੇ ਪੂਰੀਆਂ ਨਹੀਂ ਕੀਤੀਆਂ। 23 ਅਗਸਤ ਨੂੰ ਇਹਨਾਂ ਦੀ ਹਾਊਸ ਦੀ ਪ੍ਰੋਸੀਡਿੰਗ ਹਾਊਸ ਦੀ ਮੀਟਿੰਗ ਹੋਈ ਸੀ, ਜਿਹਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਵੀ ਅਸੀਂ ਸਾਰੀ ਟੋ ਵੈਨ ਜਿਹੜੀ ਹੈ ਠੇਕੇਦਾਰ ਤੋਂ ਲੈ ਕੇ ਨਗਰ ਨਿਗਮ ਆਪ ਚਲਾਊਗਾ, ਤੇ 5 ਮੈਂਬਰੀ ਸਾਡੀ ਕਮੇਟੀ ਬਣੀ ਹੈਗੀ ਹੈ। ਲੇਕਿਨ ਦੁਕਾਨਦਾਰਾਂ ਨੂੰ ਇਹਨਾਂ ਤੇ ਵਿਸ਼ਵਾਸ ਨਹੀਂ ਸੀਗਾ, ਕਿਉਂਕਿ ਨਗਰ ਨਿਗਮ ਦੇ ਕੁਛ MCs ਤੇ ਕੁਛ ਅਧਿਕਾਰੀ ਜਿਹੜੇ ਹੈਗੇ ਆ ਉਹ ਠੇਕੇਦਾਰ ਦੇ ਨਾਲ ਉਹ ਮਿਲੇ ਹੋਏ ਦੀ ਸ਼ੰਕਾ ਸੀਗੀ, ਜਿਹੜੀ ਕਿ ਉਹ ਪੂਰੀ ਹੁੰਦੀ ਨਜ਼ਰ ਆਈ। ਵੀ ਜਦੋਂ 5 ਮੈਂਬਰਾਂ ਦੀ ਅਨਾਊਂਸਮੈਂਟ ਕਰਕੇ ਗਏ ਤਾਂ 11 ਮੈਂਬਰੀ ਕਮੇਟੀ ਬਣਾ ਲਈ, 6 MC ਉਹਦੇ ਵਿੱਚ ਹੋਰ ਪਾ ਲਈ। ਉਦੋਂ ਬਾਅਦ ਜਿਹੜੀ ਉਹ ਕਮੇਟੀ ਨੇ ਫੈਸਲਾ ਦੇਣਾ ਸੀਗਾ ਵੀ ਕਿਵੇਂ ਕਰਨਾ ਕੀ ਨਹੀਂ ਕਰਨਾ, ਉਸ ਕਮੇਟੀ ਦੇ ਵਿੱਚ ਸਿਰਫ 5 ਜਾਂ 6 MCs ਨੇ ਸਹਿਮਤੀ ਦਿੱਤੀ ਵੀ ਇਹ ਗੱਡੀ ਦੁਬਾਰਾ ਚਲਾ ਲਓ, ਜਿਹੜੇ ਠੇਕੇਦਾਰ ਦੇ ਹੱਕ ਦੇ ਵਿੱਚ ਸੀਗੇ ਸ਼ੁਰੂ ਤੋਂ ਹੀ, ਬਾਕੀ MCs ਨੇ ਤਾਂ ਸਾਈਨ ਵੀ ਨਹੀਂ ਕੀਤੇ ਬਿਨਾਂ ਕੋਈ ਆਪਦੇ ਲਿਖੀਆਂ ਸ਼ਰਤਾਂ ਪੂਰੀਆਂ ਕੀਤੇ। ਵੀ ਜਿਵੇਂ ਇਹ ਕਹਿੰਦੇ ਸੀਗੇ ਵੀ ਅਸੀਂ CCTV ਕੈਮਰੇ ਲਗਾਵਾਂਗੇ ਜਿੱਥੇ ਜਿੱਥੇ ਗੱਡੀ ਜਾਊਗੀ, ਸਾਡੀ ਉਹਲੇ ਬਾਜ਼ਾਰਾਂ ਦੇ ਵਿੱਚ ਕਵਰੇਜ ਕਰਾਂਗੇ ਅਸੀਂ, ਟ੍ਰੈਫਿਕ ਐਡਰੈਸ ਸਿਸਟਮ ਲਗਾਵਾਂਗੇ, ਬਿਨਾਂ ਉਹ ਕੁਝ ਪੂਰਾ ਕੀਤੇ ਇਹਨਾਂ ਨੇ ਦੁਬਾਰਾ ਫੇਰ ਗੱਡੀਆਂ ਚਲਾਤੀਆਂ। ਈਵਨ ਕਿ ਲੋਕਾਂ ਨੂੰ ਇਹ ਵਾਲੇ ਵੋਰਡ ਵੀ ਨਹੀਂ ਲਗਾਏ ਵੀ ਟੋ ਵੈਨ ਵਾਲਾ ਏਰੀਆ ਕਿੱਥੋਂ ਸ਼ੁਰੂ ਹੋ ਗਿਆ, ਸਿਰਫ ਕੁਝ ਬਾਜ਼ਾਰਾਂ ਨੂੰ ਉਜਾੜਨ ਵਾਸਤੇ ਜਿਹੜੀ ਹੈ ਆਪਦੀ ਪਾਰਕਿੰਗ ਨੂੰ ਪੂਰਾ ਕਰਨ ਵਾਸਤੇ ਇਹਨਾਂ ਨੇ ਇਸ ਤਰ੍ਹਾਂ ਦੀ ਜਿਹੜੀ ਹੈ ਪਲਾਨਿੰਗ ਕੀਤੀ ਹੈਗੀ ਹੈ, ਜਿਹਦੇ ਰੋਸ ਸਵਰੂਪ ਅੱਜ ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਵੀ ਦੁਕਾਨਦਾਰਾਂ ਨੂੰ ਆਪਦੀਆਂ ਦੁਕਾਨਾਂ ਬੰਦ ਕਰਨੀਆਂ ਪਈਆਂ।